ਇੱਕ ਭਾਜਪਾ ਆਗੂ ਦੇ ਪੀਏ ਦੇ ਉੱਤੇ ਆਪਣੇ ਹੀ ਵਰਕਰਾਂ ਦੇ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਨੇ ਤੇ ਪੀਏ ਦੇ ਵੱਲੋਂ ਇੱਥੋਂ ਤੱਕ ਕਿਹਾ ਗਿਆ ਕਿ ਭਾਜਪਾ ਆਗੂ ਦੀ ਉਹਨਾਂ ਦੇ ਵਰਕਰਾਂ ਦੇ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ। ਤਾਂ ਜਿਸ ਨੂੰ ਲੈ ਕੇ ਜੋ ਪੀਏ ਸੀ ਭਾਜਪਾ ਆਗੂ ਦਾ, ਉਸਨੇ ਭਾਜਪਾ ਦੇ ਵਰਕਰਾਂ ਦੇ ਉੱਤੇ ਹੀ ਹਮਲਾ ਕਰ ਦਿੱਤਾ, ਘਰ ਦੇ ਵਿੱਚ ਵੜ ਕੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਗਏ ਨੇ। ਤਾਂ ਦੱਸ ਦਈਏ ਕਿ ਫਿਰੋਜ਼ਪੁਰ ਤੋਂ ਜੋ ਭਾਜਪਾ ਦੇ ਉਮੀਦਵਾਰ ਸੀ ਗੁਰਮੀਤ ਸਿੰਘ ਰਾਣਾ ਸੋਢੀ, ਉਹਨਾਂ ਦੇ ਪੀਏ ਅੰਮ੍ਰਿਤਪਾਲ ਦੇ ਉੱਤੇ ਇਹ ਕੁੱਟਮਾਰ ਦੇ ਇਲਜ਼ਾਮ ਲੱਗੇ ਨੇ ਤੇ ਇਲਜ਼ਾਮ ਵੀ ਭਾਜਪਾ ਦੇ ਇੱਕ ਸਾਬਕਾ ਆਗੂ ਦੇ ਵੱਲੋਂ ਲਗਾਏ ਗਏ ਨੇ। ਉਸਦਾ ਕਹਿਣਾ ਕਿ ਜਿਵੇਂ ਹੀ ਉਹ ਘਰ ਦੇ ਵਿੱਚ ਦਾਖਲ ਹੋਇਆ ਤਾਂ ਇਹ ਅੰਮ੍ਰਿਤਪਾਲ ਉਹਨਾਂ ਦੇ ਘਰ ਦੇ ਵਿੱਚ ਆਉਂਦਾ ਤੇ ਆਉਂਦੇ ਸਾਰ ਹੀ ਗਾਲੀ ਗਲੋਜ਼ ਦੇ ਨਾਲ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦਾ ਤੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਉਹਨਾਂ ਨੇ ਰਾਣਾ ਸੋਢੀ ਦੀ ਕੋਈ ਵੀ ਚੋਣਾਂ ਦੇ ਦੌਰਾਨ ਮਦਦ ਨਹੀਂ ਕੀਤੀ। ਹਾਲਾਂਕਿ ਭਾਜਪਾ ਆਗੂ ਦਾ ਇਹ ਵੀ ਕਹਿਣਾ ਕਿ ਜੋ ਅੰਮ੍ਰਿਤਪਾਲ ਹੈ ਉਹ ਰਾਣਾ ਸੋਢੀ ਦਾ ਪੀਏ ਹੈ ਜਿਸ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਕੁੱਟਮਾਰ ਕੀਤੀ ਗਈ। ਹਾਲਾਂਕਿ ਅੰਮ੍ਰਿਤਪਾਲ ਨੇ ਉਸ ਸਮੇਂ ਨਸ਼ਾ ਕੀਤਾ ਹੋਇਆ ਸੀ, ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਦੱਸਿਆ ਜਾ ਰਿਹਾ ਤੇ ਨਾਲ ਹੀ ਉਸਦੇ ਕਈ ਹੋਰ ਵੀ ਸਾਥੀ ਆਏ ਸੀ ਜਿਨ੍ਹਾਂ ਨੇ ਉਸਦੇ ਨਾਲ ਕੁੱਟਮਾਰ ਕੀਤੀ। ਹਾਲਾਂਕਿ ਬਾਅਦ ਦੇ ਵਿੱਚ ਭਾਜਪਾ ਆਗੂ ਨੇ ਆਪਣੇ ਬਾਕੀ ਦੇ ਆਗੂਆਂ ਨੂੰ ਸੱਦਿਆ ਅਤੇ ਉਹਨਾਂ ਦੇ ਸਾਹਮਣੇ ਆ ਕੇ ਵੀ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਨੇ। ਤਾਂ ਹੁਣ ਉਹ ਜਦੋਂ ਥਾਣੇ ਦੇ ਵਿੱਚ ਪਹੁੰਚੇ ਨੇ ਤਾਂ ਥਾਣੇ ਦੇ ਵਿੱਚ ਵੀ ਅੰਮ੍ਰਿਤਪਾਲ ਸਿੰਘ ਪਹੁੰਚਦਾ ਹੈ ਅਤੇ ਉੱਥੇ ਵੀ ਜਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ। ਤਾਂ ਦੱਸ ਦਈਏ ਕਿ ਫਿਰੋਜ਼ਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸਾਰੀਆਂ ਹੀ ਪਾਰਟੀਆਂ ਆਪਣੀ ਹਾਰ ਦੇ ਉੱਤੇ ਲਗਾਤਾਰ ਰਣਨੀਤੀ ਬਣਾ ਰਹੀਆਂ ਨੇ, ਕਮੀਆਂ ਨੂੰ ਤਲਾਸ਼ਾਂ ਦੇ ਵਿੱਚ ਲੱਗੀਆਂ ਹੋਈਆਂ ਨੇ। ਉੱਥੇ ਹੀ ਭਾਜਪਾ ਦੇ ਆਗੂ ਆਪਸ ਦੇ ਵਿੱਚ ਹੀ ਲੜਦੇ ਨਜ਼ਰ ਆ ਰਹੇ ਨੇ, ਇੱਕ ਦੂਜੇ ਦੇ ਸਿਰ ਦੇ ਉੱਤੇ ਹਾਰ ਦਾ ਠੀਕਰਾ ਫੋੜਿਆ ਜਾ ਰਿਹਾ, ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹਨਾਂ ਦੀ ਵੱਲੋਂ ਮਦਦ ਨਹੀਂ ਕੀਤੀ ਗਈ ਜਿਸ ਦੇ ਕਾਰਨ ਰਾਣਾ ਸੋਢੀ ਦੀ ਹਾਰ ਹੋਈ ਹੈ। ਤਾਂ ਅਜਿਹੇ ਇਲਜ਼ਾਮ ਇੱਕ ਦੂਜੇ ਦੇ ਉੱਤੇ ਲਗਾਏ ਜਾ ਰਹੇ ਨੇ। ਤਾਂ ਦੱਸ ਦਈਏ ਕਿ ਜੋ ਰਾਣਾ ਸੋਢੀ ਦਾ ਪੀਏ ਦੱਸਿਆ ਜਾ ਰਿਹਾ ਅੰਮ੍ਰਿਤਪਾਲ ਸਿੰਘ, ਉਸਦੇ ਉੱਤੇ ਇਹ ਇਲਜ਼ਾਮ ਲਗਾਏ ਨੇ ਭਾਜਪਾ ਦੇ ਇੱਕ ਸਾਬਕਾ ਮੰਡਲ ਪ੍ਰਧਾਨ ਦੇ ਵੱਲੋਂ, ਜਿਨ੍ਹਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਉਹ ਘਰ ਦੇ ਵਿੱਚ ਦਾਖਲ ਹੋਇਆ ਤਾਂ ਅੰਮ੍ਰਿਤਪਾਲ ਦੇ ਵੱਲੋਂ ਉਹਨਾਂ ਨਾਲ ਕੁੱਟਮਾਰ ਕੀਤੀ ਗਈ, ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਨੇ। ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਉਹ ਆਪਣਾ ਮਕਾਨ ਛੱਡ ਕੇ ਇੱਥੋਂ ਚਲਾ ਜਾਵੇ, ਨਹੀਂ ਤਾਂ ਉਹਨੂੰ ਜਾਨ ਤੋਂ ਮਾਰ ਦੇਣਗੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੋਰ ਵੀ ਜਿਹੜੇ ਭਾਜਪਾ ਦੇ ਆਗੂ ਨੇ ਉਹਨਾਂ ਨੂੰ ਵੀ ਇਕੱਲਾ ਇਕੱਲਾ ਕਰਕੇ ਦੇਖਿਆ ਜਾਵੇਗਾ। ਅਤੇ ਅੱਜ 40 ਸਾਲ ਤੋਂ ਮੈਂ ਪਾਰਟੀ ਦੀ ਸੇਵਾ ਕਰ ਰਿਹਾ, ਪਾਰਟੀ ਨਾਲ ਖੜ੍ਹਾ ਪੂਰਾ ਪਰਿਵਾਰ ਮੇਰਾ ਅੱਜ ਤੱਕ ਪਾਰਟੀ ਦੀ ਸੇਵਾ ਕਰਦਾ ਰਿਹਾ। ਅੱਜ 6:15 ਵਜੇ ਅੰਮ੍ਰਿਤਪਾਲ ਪੀਏ ਰਾਣਾ ਸੋਢੀ ਦਾ ਮੇਰੇ ਕੋਲ ਫੋਨ ਆਇਆ ਅਤੇ ਮੈਨੂੰ ਧਮਕੀਆਂ ਦਿੱਤੀਆਂ ਅਤੇ ਕਹਿੰਦੇ ਤੁਸੀਂ ਪਾਰਟੀ ਦੇ ਵਰਖਿਲਾਫ ਗੱਲ ਕੰਮ ਕੀਤਾ। ਮੈਂ ਕਿਹਾ ਮੈਂ ਬਿਲਕੁਲ ਪਾਰਟੀ ਦੇ ਨਾਲ ਖੜ੍ਹਾ ਅਤੇ ਪਾਰਟੀ ਦੇ ਨਾਲ ਹੀ ਕੰਮ ਕੀਤਾ। ਉਸ ਤੋਂ ਬਾਅਦ 8:15 ਵਜੇ 8:05 ਮਿੰਟ ਤੋਂ ਮੈਂ ਮੰਦਰੋਂ ਆ ਰਿਹਾ ਸੀ, ਬੇਟੀ ਮੇਰੇ ਨਾਲ ਸੀ ਮੇਰੀ, ਉਹ ਮੈਂ ਘਰ ਦੇ ਅੰਦਰ ਮੋਟਰਸਾਈਕਲ ਲਾਇਆ ਅਤੇ ਮੇਰੇ ਘਰ ਦੇ ਅੰਦਰ ਹੀ ਵੜ ਗਏ, ਬੇਟੀ ਨੂੰ ਧੱਕਾ ਮਾਰਿਆ ਅਤੇ ਮੇਰੇ ਚਪੇੜਾਂ 'ਤੇ ਘੁਸਣ ਮਾਰਨ ਲੱਗ ਪਏ। 4 ਬੰਦੇ ਤਾਂ ਇਹ ਸੀਗੇ, ਅੰਮ੍ਰਿਤਪਾਲ ਸੀਗਾ ਅਤੇ 3 ਬੰਦੇ ਉਹ ਨਾਮ ਉਹਨਾਂ ਲਿਖਾਇਆ ਦਰਖਾਸਤ ਦੇ ਵਿੱਚ, ਇਹ ਮਾਰਨ ਲੱਗ ਪਏ। ਰਾਣਾ ਅੰਮ੍ਰਿਤਪਾਲ ਕਹਿੰਦਾ ਕੁੱਟੋ ਇਹਨੂੰ ਫੜ ਕੇ। ਉਸ ਤੋਂ ਬਾਅਦ ਜਦੋਂ ਪਾਰਟੀ ਵਰਕਰਾਂ ਨੂੰ ਪਤਾ ਲੱਗਿਆ ਤਾਂ ਮੇਰੇ ਘਰ ਆ ਗਏ, ਪਾਰਟੀ ਵਰਕਰ ਘਰ ਆ ਕੇ ਥੱਲੇ ਆਏ ਤਾਂ ਬਜਾਜ ਸਾਹਿਬ, ਦਵਿੰਦਰ ਬਜਾਜ ਜੀ ਐਕਸ ਜ਼ਿਲ੍ਹਾ ਪ੍ਰਧਾਨ, ਉਹਨਾਂ ਦੀ ਵੀ ਗੱਲ ਪੈ ਗਏ, ਸਾਰਿਆਂ ਨੂੰ ਗਾਲਾਂ ਕੱਢੀਆਂ ਅਤੇ ਮੈਨੂੰ ਜਾਨੋਂ ਮਾਰਨ ਦੀ ਇਹਨੇ ਧਮਕੀ ਦਿੱਤੀ। ਅੰਮ੍ਰਿਤਪਾਲ ਨੇ ਇੱਕ ਬਖਸ਼ਿਸ਼ ਹੈਗਾ ਕਿੰਨਾ 4 ਦਿਨ ਨਾਮ ਦਰਖਾਸਤ ਦਿੱਤਾ ਉਹਨਾਂ ਦਾ ਨਾਮ, ਉਹਨਾਂ ਨੇ ਗਾਲਾਂ ਕੱਢੀਆਂ ਅਤੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਕਿ ਫਿਰ ਇਹਨਾਂ ਨੇ ਇੱਕ ਬੰਦੇ ਨੇ ਕਿਹਾ ਪਿਸਤੌਲ ਕੱਢ ਕੇ ਲਿਆ, ਕਹਿੰਦਾ ਹੁਣੇ ਹੀ ਠੋਕ ਦਿੰਦੇ ਇਹਨਾਂ ਨੂੰ। ਉਹ ਗੱਡੀ 'ਚ ਪਿਸਤੌਲ ਕੱਢਣ ਲੱਗਿਆ, ਇੰਨੀ ਦੇਰ 'ਚ ਇੱਕ ਬੰਦਾ ਟੋਪੀ ਵਾਲਾ ਸੀਗਾ, ਬੇਦੀ ਸੀਗਾ ਕੋਈ, ਉਹਨੇ ਇਹਨਾਂ ਨੂੰ ਰੋਕਿਆ, ਪਿਸਤੌਲਾਂ ਇਹਨਾਂ ਕੋਲ ਸੀ, ਅਸਲਾ ਇਹਨਾਂ ਕੋਲ ਸੀਗਾ। ਇਹ 8:15 ਵਜੇ ਤਾਂ 15 ਬੰਦੇ ਸੀਗੇ, ਉਸ ਤੋਂ ਬਾਅਦ 7-8 ਬੰਦੇ ਜਿਹੜੇ ਆ ਨਾ 8:30 ਵਜੇ ਫਿਰ ਮੇਰੇ ਘਰ ਦੇ ਅੰਦਰ ਜਾ ਕੇ ਗੱਲ ਪਏ ਹੈ।
ਕੀ ਵਜ੍ਹਾ ਰੰਜਿਸ਼ ਕੀ ਰਹੀ? ਕੋਈ ਵਜ੍ਹਾ ਰੰਜਿਸ਼ ਨਹੀਂ ਜੀ, ਕੁਝ ਵੀ ਨਹੀਂ ਵਜ੍ਹਾ ਰੰਜਿਸ਼, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਚੋਣਾਂ ਨੂੰ ਲੈ ਕੇ ਕੋਈ? ਹਾਂ, ਚੋਣਾਂ ਦੇ ਲੋਨ ਕਰਕੇ ਕਹਿੰਦੇ ਤੁਸੀਂ ਰਾਣਾ ਸੋਢੀ ਦੀ ਮਦਦ ਨਹੀਂ ਕੀਤੀ। ਮੈਂ ਗੱਲ ਕਹੀ, ਮੈਂ ਕਿਹਾ ਰਾਣਾ ਸੋਢੀ ਜੀ ਦੀ ਮਦਦ ਸਾਰੀ ਪਾਰਟੀ ਨੇ ਕੀਤੀ ਹੈ, ਮੈਂ ਵੀ ਕੀਤੀ ਹੈ। ਮੈਂ ਹਾਰਟ ਦਾ ਪ੍ਰੋਬਲਮ ਹੈ ਕਿ ਮੈਨੂੰ ਬਲੋਕੇਜ ਆਈ, ਮੈਂ ਇਸ ਕਰਕੇ ਜ਼ਿਆਦਾ ਭੱਜਾ ਦੌੜੀ ਨਹੀਂ ਕੀਤੀ, ਸਦਾ ਮੈਂ ਆਪਣਾ ਬੂਥ ਸੰਭਾਲਦਾ ਰਿਹਾ। ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਡਾਊਨ ਕਹੋ, ਗੁਰੂ ਸਾਧ ਡਾਊਨ ਕਹੋ, ਗੁਰੂ ਸਾਹ ਨੂੰ ਦੇਖੋ ਨਾ ਤੁਸੀਂ, ਅਤੇ ਆ ਕੇ ਮੇਰੇ ਗੱਲ ਪੈ ਗਏ ਅਤੇ ਮੈਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ। ਇਹਨਾਂ ਨੇ ਕਿਹਾ ਹੁਣ ਚੱਲੇ ਦੁਬਾਰਾ, ਫਿਰ ਤੈਨੂੰ ਕੁੱਟਾਂਗੇ, ਧਮਕੀ ਤੈਨੂੰ ਦੇਵਾਂਗੇ। ਮੈਨੂੰ ਵੀ ਦਿੱਤੀਆਂ, ਸਾਰੇ ਬੰਦੇ ਪਾਰਟੀ ਦੇ ਬੰਦੇ ਸੀਗੇ, ਉਹਨਾਂ ਨੂੰ ਧਮਕੀਆਂ ਦੇ ਕੇ ਗਏ ਨੇ। ਹੁਣ ਪਾਰਟੀ ਦੇ ਕਿਹੜੇ ਕਿਹੜੇ ਅਹੁਦੇਦਾਰ ਇੱਥੇ ਆਏ ਨੇ ਅਤੇ ਕੀ ਕਾਰਵਾਈ ਕੀ ਕਰ ਰਹੇ? ਹੁਣ ਇੱਥੇ ਅਸ਼ਨੀ ਗਰੋਵਰ ਜੀ ਨੇ, ਐਕਸ ਕਮੇਟੀ ਘਰ ਪ੍ਰੈਜੀਡੈਂਟ, ਦਵਿੰਦਰ ਕਪੂਰ ਜੀ ਐਕਸ ਕਮੇਟੀ ਪ੍ਰੈਜੀਡੈਂਟ, ਸੁਰਿੰਦਰ ਸਿੰਘ ਬਗੇ ਪਿੱਪਲ ਐਕਸ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਨੇ, ਅਨਿਲ ਸ਼ਰਮਾ ਜੀ ਨੇ, ਹੀਰਾ ਪੁੱਗਲ ਜੀ ਨੂੰ ਇਹਨਾਂ ਨੇ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ, ਸਾਰੇ ਸਾਹਮਣੇ ਗਾਲਾਂ ਕੱਢੀਆਂ ਅਤੇ ਧਮਕੀਆਂ ਦਿੱਤੀਆਂ ਨੇ। ਅਤੇ ਬਾਕੀ ਸਾਰੀ ਜਿਹੜਾ ਆਪਣਾ ਮੰਡਲ ਪ੍ਰਧਾਨ ਦਵਿੰਦਰ ਨਾਰੰਗ ਜੀ ਨੇ, ਜਨਰਲ ਸੈਕਟਰੀ ਜ਼ਿਲ੍ਹੇ ਮੰਡਲ ਦੇ ਨਵਨੀਤ ਸ਼ਰਮਾ ਜੀ ਨੇ, ਦੀਪਕ ਵਰਮਾ ਜੀ ਨੇ, ਇਹਨਾਂ ਨਾਮ ਵੀ ਦੀਪਕ ਵਰਮਾ, ਮੋਨੂ ਜੀ ਨੇ, ਅੱਛਾ ਗਗਨ ਕੱਕੜ ਜੀ ਨੇ, ਬਲਦੇਵ ਜੀ ਨੇ, RSS ਦੇ ਬੰਦੇ ਸਾਰੇ ਇੱਥੇ ਆਏ ਆ, ਸਾਰੇ ਨੇ ਇੱਥੇ ਪਹੁੰਚ ਕੇ। ਮੈਂ ਤਾਂ ਇਹੋ ਕਹਿੰਦਾ ਮੇਰੀ ਜਾਨ ਬਚਾਓ, ਮੈਨੂੰ ਇਹਨਾਂ ਤੋਂ ਖਤਰਾ ਜਾਣ ਤੋਂ। ਉਹ ਬੀਜੇਪੀ ਉਹਨਾਂ ਨੇ ਜੁਆਇਨ ਕੀਤੀ ਹੈ, ਔਰ ਤੁਹਾਨੂੰ ਬੀਜੇਪੀ ਵਾਲਿਆਂ ਨੂੰ ਹੀ ਉਹ ਮਾਰ ਰਹੇ ਨੇ, ਐਸਾ ਕਿਉਂ? ਇਹ ਤਾਂ ਉਹੀ ਦੱਸ ਸਕਦੇ ਜੀ ਕਿ ਉਹਨਾਂ ਨੇ ਕਾਹਦੇ ਵਾਸਤੇ ਕੀਤਾ। ਬੀਜੇਪੀ ਦੇ, ਮੈਂ ਵੀ ਬੀਜੇਪੀ ਦੇ 40 ਸਾਲ ਗੁਜ਼ਾਰੇ ਆ, ਤਾਂ ਹੁਣ ਬੀਜੇਪੀ 'ਚ ਆਏ 2 ਸਾਲ ਹੋਏ, 3 ਸਾਲ ਹੋਏ ਇਹਨਾਂ ਨੂੰ ਆਏ ਨੂੰ, ਮੈਂ ਸਾਰੀ ਜ਼ਿੰਦਗੀ ਬੀਜੇਪੀ 'ਚ ਗੁਜ਼ਾਰੀ ਹੈ ਅਤੇ ਮਰਾਂਗਾ ਵੀ ਬੀਜੇਪੀ ਦੇ ਵਿੱਚ। ਇਹ ਇਹਨਾਂ ਨੂੰ ਪਤਾ ਹੋਏਗਾ, ਦਾਰੂ ਨਾਲ ਰਜੇ ਹੋਏ ਸੀਗੇ, ਮਾਂ ਪੈਂਦੀ ਹੈ, ਗਾਲਾਂ ਕੱਢਦੇ ਸੀਗੇ। ਰਾਣਾ ਸੋਢੀ ਦੀ ਨੌਲੇਜ 'ਚ ਲਿਆਂਦਾ ਤੁਸੀਂ? ਰਾਣਾ ਸੋਢੀ ਦੀ ਨੌਲੇਜ ਲਿਆਂਦਾ ਸੀਗਾ ਦਵਿੰਦਰ ਕਪੂਰ ਬਜਾਜ ਜੀ ਨੇ। ਰਾਣਾ ਸੋਢੀ ਜੀ ਕਹਿੰਦੇ ਮੈਂ ਪਰਸੋਂ ਤੁਹਾਡਾ ਮਸਲਾ ਹੱਲ ਕਰਾ ਦਾਂਗਾ, ਉਸ ਤੋਂ ਅੱਧੇ ਘੰਟੇ ਬਾਅਦ ਫਿਰ ਆ ਕੇ ਸਾਡੇ ਗੱਲ ਪੈ ਗਏ। ਹੁਣ ਮੈਨੂੰ ਇਹ ਕਹਿੰਦੇ ਵੀ ਤੂੰ ਮਕਾਨ ਛੱਡ ਕੇ ਚਲਾ, ਤੈਨੂੰ ਜਿੰਦਾ ਨਹੀਂ ਛੱਡਣਾ। ਹੁਣ ਤੁਸੀਂ ਕੀ ਕਾਰਵਾਈ ਚਾਹੁੰਦੇ? ਮੈਂ ਕਹਿੰਦਾ ਸਖਤ ਤੋਂ ਸਖਤ ਇਹਨਾਂ 'ਤੇ ਕਾਰਵਾਈ ਕੀਤੀ ਜਾਵੇ ਜੀ। ਅੱਜ ਇਹਨਾਂ ਨੇ ਇੱਕ ਇਹ ਵੀ ਗੱਲ ਕਹੀ ਹੈ ਵੀ ਇੱਕ ਇੱਕ ਨੂੰ ਅਸੀਂ ਜਿੱਠਾਂਗੇ, ਬੀਜੇਪੀ ਦੇ ਵਰਕਰ ਨੂੰ ਇੱਕ ਇੱਕ ਨੂੰ ਨਹੀਂ ਜਿੱਠਾਂਗੇ। ਅੱਜ ਮੇਰੇ ਤੋਂ ਵੀ, ਕੱਲ੍ਹ ਨੂੰ ਕਿਸੇ ਹੋਰ 'ਤੇ ਹੋਏਗੀ। ਪੁਲਿਸ ਕੀ ਕਹਿੰਦੀ ਹੈ? ਪੁਲਿਸ ਨੂੰ ਅੱਜ ਦਰਖਾਸਤ ਦਿੱਤੀ ਹੈ ਜੀ, ਇਹ ਕਹਿੰਦੇ ਸਾਨੂੰ ਤਾਂ ਬੰਦੇ ਮਿਲੇ ਨਹੀਂ। ਕੋਈ ਕਾਰਵਾਈ ਦਾ ਆਸ਼ਵਾਸਨ ਦਿੰਦੀ ਪੁਲਿਸ? ਕਹਿੰਦੇ ਕਾਰਵਾਈ ਦਾ ਆਸ਼ਵਾਸਨ SHO ਸਾਹਿਬ ਕਹਿ ਰਹੇ ਨੇ, ਇੰਸਪੈਕਟਰ ਸਾਹਿਬ ਕਹਿੰਦੇ ਕਾਰਵਾਈ ਕਰਾਂਗੇ, ਪਰ ਲੱਗਦਾ ਨਹੀਂ ਹੈ ਜੇ ਕਾਰਵਾਈ ਕਰਨੀ ਹੋਵੇ ਤਾਂ ਘਰੋਂ ਚੱਕ ਕੇ ਲਿਆ ਸਕਦੇ ਨੇ, ਥਾਣੇ ਦੇ ਬਾਹਰ ਹੋ ਕੇ ਖੜਾ ਹੋ ਕੇ ਚਲਾ ਗਿਆ ਜੀ। ਇਹਨਾਂ ਦੀ ਜਿਹੜਾ CCTV ਕੈਮਰਾ ਉਹਦੀ ਰਿਕਾਰਡਿੰਗ ਦੀ ਜਗ੍ਹਾ, ਥਾਣੇ ਦੇ ਬਾਹਰ ਅੰਮ੍ਰਿਤਪਾਲ ਆਇਆ, ਗੱਡੀ ਖੜੀ ਕਰਕੇ ਫਿਰ ਗਿਆ ਜੀ। ਕੀ ਲੱਗਦਾ ਕਿ ਉਹ ਨਵੇਂ ਬੀਜੇਪੀ 'ਚ ਆਏ ਨੇ, ਤੁਸੀਂ ਇੰਨੇ ਸਾਲ ਤੋਂ ਟਕਸਾਲੀ ਬੀਜੇਪੀ ਵਰਕਰ ਹੈਗੇ ਹੋ, ਕਿ ਉਹ ਤੁਹਾਡੇ 'ਤੇ ਜ਼ਿਆਦਾ ਹੈਵੀ ਹੋ ਰਹੇ ਨੇ ਜਾਂ ਉਹਨਾਂ ਨੂੰ ਜ਼ਿਆਦਾ ਉਸ ਚੀਜ਼ ਦੀ? ਨਹੀਂ, ਹੈਵੀ ਤਾਂ ਕਾਹਦਾ ਹੋਣਾ ਜੀ, ਅਸੀਂ ਆਪਣੀ ਪਾਰਟੀ ਦਾ ਕੰਮ ਸ਼ੁਰੂ ਕਰਦੇ ਰਹੇ, ਨਰਿੰਦਰ ਮੋਦੀ ਨਾਲ ਖੜੇ ਹਾਂ, ਪਾਰਟੀ ਦੇ ਨਾਲ ਕੰਮ ਕਰ ਰਹੇ ਹਾਂ। ਇਹ ਤਾਂ ਪਾਰਟੀ ਤਾਂ ਆਉਂਦੇ ਜਾਂਦੇ ਰਹਿੰਦੇ ਨੇ, ਬੰਦੇ ਤਾਂ ਇਹਨਾਂ ਦਾ ਪਤਾ ਤਾਂ ਨਹੀਂ ਲੱਗਦਾ। ਅੱਜ ਕੱਲ੍ਹ ਨੂੰ ਕਾਂਗਰਸ 'ਚ ਆਏ, ਅੱਜ ਕੱਲ੍ਹ ਕੱਲ੍ਹ ਨੂੰ ਕਿੱਥੇ ਜਾਣਾ ਇਹਨਾਂ ਨੇ।